औज बिल्लाश तो रजीम बिमिल्ला रहमान रहीम असलामैकुम वरहमत ला वरकत पंजाबी चैनल के नाल हाकिम सबर अली पहले दा आज भी मैं थोड़े तो वास्ते नवा नुस्खा लैके आया लकोरिए वास्ते नुस्खा है बहुत अच्छा नुस्खा है साढ़े मतबद का नुस्खा है रखमान दुआखाने का नुस्खा है मेरे दादे दा उसताद का नुस्खा है ਬੋਰ ਜ਼ਬਰਦਸਤ ਨੁਸਖਾ ਹੈਗਾ ਉਹਦੇ ਨਾਲ ਹੀ ਨਾਲ ਹੀ ਜਿਹੜਾ ਦੁਆਵਾਂ ਦਾ سلسلہ ਸ਼ੁਰੂ ਕੀਤਾ ਹੈ ਦੁਆਵਾਂ ਹੀ ਮੈਂ ਲੈ ਕੇ ਆਇਆ ਹੈਗਾ ਕਿਉਂ ਦੁਆਵਾਂ ਵਿੱਚ ਹੀ ਸ਼ਿਫਾ ਹੈਗੀ ਸਭ ਤੋਂ ਪਹਿਲਾਂ ਇਹ ਤਾਂ ਸਾ ਦੁਆਵਾਂ ਹੀ ਤਾਂ ਹੈ ਨੇ ਉਦੋਂ ਬਾਅਦ ਦੂਸਰਾ ਚੀਜ਼ ਹੈ ਲੇਕਿਨ ਲਕੋਰੀਆ ਹੁੰਦਾ ਕਿ ਉਹ ਉਹਦੇ ਵਾਸਤੇ ਉਹ ਚੀਜ਼ਾਂ ਤੋਂ ਪਰੇਸ਼ ਕਰੋ ਫਿਰ ਲਕੋਰੀਆ ਕਿਉਂ ਹੁੰਦਾ ਹੈਗਾ ਆਮ ਹੁਣ ਥੋੜੀ ਜੀ ਉਮਰ ਦੇ ਵਿੱਚ ਲਕੋਰੀਆ ਸ਼ੁਰੂ ਹੋ ਗਿਆ ਹੈਗਾ ਕਿਉਂ ਜਿਹੜੀ ਸੜੇ ਮੋਬਾਈਲ ਨੇ ਇਨਾ ਆਕੇ ਬੜਾ ਮਤਾਸਰ ਕੀਤਾ ਹੈ ਨਈ ਜਨਰੇਸ਼ਨ ਨੂੰ ਬਹੁਤੀ ਬਹੁਤ ਜ਼ਿਆਦਾ ਹੀ ਖਰਾਬ ਕੀਤਾ ਹੈ ਕਿਉਂ ਹੁਣ ਹਰ ਬੰਦੇ ਕੋਲ ਟੱਚ ਮੋਬਾਈਲ ਹੈ ਹਰ ਬੰਦਾ ਇਹ ਯੂਜ਼ ਕਰ ਰਿਹਾ ਹੈਗਾ ਤੇ ਉਹਦੇ ਵਾਸਤੇ ਕਿਹੜਾ ਡਾ ਹੈਗਾ ਕੋਸ਼ਿਸ਼ ਕਰੋ ਵੀ ਉਹ ਚੀਜ਼ ਦਾ ਇਸਤੇਮਾਲ ਕੀਤੀ ਜਾ ਨਾ ਵੇਖੀ ਜਾ ਜਿੱਦੀ ਵਜ੍ਹਾ ਨਾਲ ਜ਼ਿਕਾਫ਼ਤ ਹਸਵਰਤ ਬਣਦੀ ਹੈ ਜਿਵੇਂ ਬੰਦਿਆਂ ਨੂੰ ਹੋ ਜਾਂਦਾ ਹੈਗਾ ਕਤਰਿਆਂ ਆਉਣ ਲੱਗ ਪੈਂਦੇ ਨੇ ਏਸੀ ਤਰੀਕੇ ਔਰਤियां ਔਰਤਾਂ ਦਾ ਮਸਲਾ ਹੈਗਾ ਔਰਤਾਂ ਨੂੰ ਲਕੋਰੀਆ ਹੋ ਜਾਂਦਾ ਹੈ ਬੰਦਿਆਂ ਨੂੰ ਕਤਰੇ ਆਉਂਦੇ ਨੇ ਔਰਤਾਂ ਨੂੰ ਲਕੋਰੀਆ ਹੋ ਜਾਂਦਾ ਹੈ ਤੇ ਉਹਦੇ ਨਾਲ ਇੱਕ ਹੈਗਾ ਇਹ ਮਸਲਾ ਬਣਦਾ ਹੈਗਾ ਤੁਸੀਂ ਕੋਸ਼ਿਸ਼ ਕਰੋ ਵੀ ਉਹਨੂੰ ਪ੍ਰੇਸ਼ ਕੀਤਾ ਜਾਵੇ ਤਲੀਆਂ ਇਹ ਚੀਜ਼ਾਂ ਖੱਟੀਆਂ ਚੀਜ਼ਾਂ ਜਿਹੜੀ ਚੀਜ਼ ਵੀ ਹੈਗੀ ਉਹਨੂੰ ਪ੍ਰੇਸ਼ ਕੀਤਾ ਜਾਵੇ ਤਾਂ ਕਿ ਉਹਦੇ ਨਾਲ ਫਾਇਦਾ ਹੋ ਸਕਿਆਗਾ ਪਕੋੜੇ ਸਮੋਸੇ ਚਾਵਲ ਵਗੈਰਾ ਆਗਾ ਚਟਪਟੀਆਂ ਚੀਜ਼ਾਂ ਸੈਕਸੀ ਫਿਲਮਾਂ ਜੋ ਕੋਈ ਵੀ ਚੀਜ਼ ਇਸਤੇਮਾਲ ਕਰ ਰਹਾ ਹੈ ਜਿੱਦੀ ਵਜ੍ਹਾ ਨਾਲ ਮਸਲਾ ਬਣ ਰਹਾ ਹੈ ਉਹਨੂੰ ਤੂੰ ਪ੍ਰੇਸ਼ ਕਰੋ ਸਭ ਤੋਂ ਪਹਿਲਾਂ ਤਾ ਤੁਸੀਂ ਇੰਜ ਕਰੋ ਵੀ ਦਰूद-ਏ-ਪਾਕ ਪੜ ਕੇ ਦੁਆ ਕਰੀਏ ਉਹ ਕਰੋਗਾ ਤਿੰਨ ਤਰਤਬਾ ਦਰूद-ਏ-ਇਬਰਾਹਿਮ ਪੜੋਏਗਾ ਉਹ ਤੋਂ ਬਾਅਦ ਫਿਰ ਦੁਆ ਪੜੋ ਅੱਲਾਹ ਹੁਮਮਾ ਬਿਤਾਉਨਾ ਬਿਸਮੀ ਇਨਾ ਵ ਅਬਸਾ ਰੀਨਾ ਵ ਕਵਾ ਤੀਨਾ ਮ ਅਹਯਾ ਤਾਨਾ ਤਿੰਨ ਵਰਤ ਸੱਤ ਵਰਤ ਵਾ ਇਹ ਪੜੋ ਉਦੋਂ ਬਾਅਦ ਤਿੰਨ ਵਰਤ ਵਾ ਫਿਰ ਦਰੂਦ ਦੇ ਪਾਕ ਪੜੋ ਉਹ ਤੁਸੀਂ ਕਿਹੜਾ ਪਾਣੀ ਰੱਖ ਲਓ ਪਾਣੀ ਫੂਕ ਮਾਰ ਕੇ ਤੇ ਇਸਤੇਮਾਲ ਕਰੋ ਆ ਫੂਕ ਮਾਰੋਗੇ ਸਵੇਰ ਸ਼ਾਮ ਦੋ ਟਾਈਮ ਇਸਤੇਮਾਲ ਕਰੋ ਪਾਣੀ ਪਿਓ ਇਨਸ਼ਾ ਅੱਲਾਹ ਲਕੋਰੀਆ ਟੋੜਾ ਖਤਮ ਹੋ ਜਾਸੀ ਆ ਲੇਕਿਨ ਨਾਲ ਹੀ ਤੁਸੀਂ ਆਦੇ ਦਿਮਾਗ ਨੂੰ ਸੈੱਟ ਕਰੋ ਟੋੜਾ ਦਿਮਾਗ ਠੀਕ ਹੋਸੀ ਦਿਮਾਗ ਪੜੋਗੇ ਕਰਾਨੇ ਪਾਕ ਪੜੋਗੇ ਤੇ ਇਨਸ਼ਾਅੱਲਾ ਟੋੜਾ ਜਿਹੜਾ ਮਾਹੌਲ ਚੇਂਜ ਹੋ ਜਾਸੀ ਐ ਉਧਰ ਨਾਲ ਤੁਸੀਂ ਕਰਾਏ ਠੀਕ ਹੋ ਜਾਓਗੇ ਹੈਗਾ ਇਹਦੇ ਪ੍ਰੇਜ਼ ਕਰੋ ਨਾਲ ਪ੍ਰੇਸ਼ ਕਰੋ ਨਾਲ ਕਰਿਆਏਗਾ ਖਾਣੇ ਦੀ ਚੇਂਜੀ ਕਰੋ ਹੈਗਾ ਟਾਈਮ ਸਿਰ ਖਾਣਾ ਖਾਓ ਹਰ ਚੀਜ਼ ਟਾਈਮ ਸਿਰ ਕਰੋਗੇ ਤੇ ਇਨਸ਼ਾਅੱਲਾ ਠੀਕ ਹੋ ਜਾਸੀ ਹੁਣ ਚੱਲ ਲੈਣ ਉਸਕੇ ਤਰਫ ਤੇ ਨੁਸਖਾ ਇਹ ਵੀ ਅਗਰ ਤੁਸੀਂ ਸਾਡਾ ਪੰਜਾਬੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡਾ ਪੰਜਾਬੀ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਨਵੀਂ ਨਵੀਂ ਵੀਡੀਓ ਪਹੁੰਚ ਸਕੇ ਤੇ ਨੁਸਖਾ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਨਾ ਵੀ ਦੇ ਨੁਕਸਾਨ ਕੀ ਨੇ ਅਗਰ ਔਰਤ ਨੂੰ ਜ਼ਿਆਦਾ ਲਕੋਰੀਆ ਹੁੰਦਾ ਹੈ ਥੋੜੀ ਜੀ ਉਮਰ ਤੋਂ ਲਕੋਰੀਆ ਸ਼ੁਰੂ ਹੋ ਜਾਂਦਾ ਹੈ ਤੇ ਬੱਚੇ ਦੀ ਜਿਹੜਾ ਬੱਚਾ ਜੋ ਸ਼ਾਦੀ ਹੋਣੀ ਬੱਚਾ ਤੇ ਮਸਲਾ ਬਣਨਾ ਹੈਗਾ ਤੂੰ ਬੜੀ ਟੈਨਸ਼ਨ ਬਣਦੀ ਆਈ ਫਿਰ ਡਾਕਟਰਾਂ ਨੂੰ ਪਜਾਉਣ ਤੋਂ ਬਿਹਤਰ ਹੈਗਾ ਵੀ ਪਹਿਲਾਂ ਹੀ ਉਹਨੂੰ ਕੰਟਰੋਲ ਕੀਤਾ ਜਾਵੇ ਦੂਸਰੇ ਨੰਬਰ ਤੇ ਵੀ ਕਬਰ ਦਰਦ ਸ਼ੁਰੂ ਹੋ ਜਾਂਦੀ ਪੱਠਿਆਂ ਦਾ ਖਚਾਓ ਜਾਂਦਾ ਹੈ ਦਿਮਾਗ ਅਕਸਰ ਹੀ ਕਮਜ਼ੋਰ ਹੋ ਜਾਂਦਾ ਹੈ ਜਿਹੜੇ ਬੱਚੇ ਨੂੰ ਲੇਕੋਰੀਆ ਜਾਂ ਵੱਡਾ ਲੇਕੋਰੀਆ ਹਤੋਂ ਤਾਂ ਕਭ ਕਰ ਤੇ ਦਿਲ ਨਹੀਂ ਕਰਦਾ ਸੁਸਤੀ ਜੀ ਸੁਸਤੀ ਜੀ ਅਕਸਰ ਸਿਰ ਨੂੰ ਪੀੜ ਚੜਦੇ ਪਰ ਜਿਹੜੀ ਰਹਦੀ ਹੈ ਲੱਤਾਂ ਨੂੰ ਖਾਜਣਾ ਸ਼ੁਰੂ ਹੋ ਜਾਂਦੀਆਂ ਨੇ ਕਬਰਾੜ ਸ਼ੁਰੂ ਹੋ ਜਾਂਦੀ ਢਾਲ ਖੂਨ ਦੀ ਕਮੀ ਸ਼ੁਰੂ ਹੋ ਜਾਂਦੀ ਢਾਲ ਬਿੱਦ ਦਾ ਖਰਾਬ ਹੋ ਗਿਆ ਜਿਗਰ ਖਰਾਬ ਹੋ ਗਿਆ ਕੋਈ ਵੀ ਚੀਜ਼ ਜਦੋਂ ਤੁਹਾਨੂੰ ਇਹ ਮਸਲਾ ਪੜਦਾ ਹੈ ਤਾਂ ਫਿਰ ਸਾਰੀ ਜਿਹੜੀ ਬਾਡੀ ਹੈਗੀ जिसम की जी बा अक्सर मुतासर हो जाती है ठीक करने वास्ते आपके दिमाग नैश करो क्यों जो अलकोरिया हो गया जो चीज है सारा इ जरा माइंड दिमाग नगस जो तो कमजोर हो जाएगा थोड़ा मसला बनना शुरू हो जा सी ठीक करो लेकिन टाइम थोड़ा ज्यादा जया नहीं करना तो हम चल नुस्खे की तरफ तो नुस्खा है जी माजू दो तुले तो माही दो तुले तो ਬਾਠਾ 2 ਤੋਲੇ ਮੋਚਰਸ 2 ਤੋਲੇ ਤੱਜ ਕਲਬੀ 2 ਤੋਲੇ ਸੁਪਾਰੀ ਦੁਕਣੀ 2 ਤੋਲੇ ਪੋਸਤ ਅਨਾਰ 2 ਤੋਲੇ ਗੋਲੇ ਧਵਾ 2 ਤੋਲੇ ਹਲੀਲਾ ਸਿਆ ਮਰੀਆ ਇਹ ਕਿ ਮਰੀਆ ਕਿਤੋਂ ਆਇਆਗਾ 2 ਤੋਲੇ ਤੇ ਮੋਸਲੀ ਸਫੈਦ 2 ਤੋਲੇ ਇਹ ਨੂੰ ਸਾਰਿਆਂ ਨੂੰ ਲੈ ਲਓ ਗ੍ਰੈਂਡਰ ਕਰਕੇ ਤਬਰੀਕ ਕਰਕੇ ਰੱਖੋ। ਉਹ ਨੂੰ ਅੱਧਾ ਚਮਚ ਸਵੇਰ ਲੋਤ ਅੱਧਾ ਚਮਚ ਸ਼ਾਮ ਲੋ। ਪਾਣੀ ਲੈ ਕੇ ਤ ਉੱਤੇ ਦੁੱਧ ਇਸਤੇਮਾਲ ਕਰੋ। ਇਨਸ਼ਾਅੱਲਾ ਅੱਲਾ ਨੇ ਚਾਇਆ ਤਾਂ 2-3 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਫੱਕਾ ਹੋ ਜਾਸੀ। ਇੱਕ ਹਫਤਾ ਲਗਾਤਾਰ ਇਸਤੇਮਾਲ ਕਰੋ ਤਾਂ ਕਿ ਮੁਕੰਮਲ ਤੌਰ ਤੇ ਠੀਕ ਹੋ ਜਾਵੇ। ਤੇ ਅਗਰ ਕੋਈ ਹੋਰ ਉਸਕਾ ਕਿਸੇ ਚੀਜ਼ ਦਾ ਤੋਸਿ ਚਾਹ ਦੇ ਜੀ ਤਾਂ ਸਾਨੂੰ WhatsApp ਨੰਬਰ ਤੇ ਕਾਲ ਕਰੋ ਜਾਂ ਕੋਈ ਦਵਾਈ ਤੁਸੀਂ ਨਹੀਂ ਬਣਾ ਸਕਦੇ ਜੇ ਤੇ ਦਵਾਈ ਲੈਣਾ ਚਾਹਤੇ ਹੋ ਤੇ ਸਾਡੇ ਨੰਬਰ ਤੇ ਕਾਲ ਕਰੋ ਇਨਸ਼ਾਅੱਲਾ ਸੇ ਤੁਹਾਨੂੰ ਡਿਲੀਵਰੀ ਇਸ ਤਰ੍ਹਾਂ ਕਰ ਲਾਗੇ ਅਸਲਾਮੁਅਲੈਕਮ